ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਪਰਵਲ ਦੀ ਰੈਸਪੀ ਲੈ ਕੇ ਆਈ ਹਾਂ ਤੇ ਆਓ ਅਸੀਂ ਬਣਾਈਏ ਪਰਵਲ ਸਭ ਤੋਂ ਪਹਿਲਾਂ ਅਸੀਂ 600 ਗ੍ਰਾਮ ਦੇ ਕਰੀਬ ਜਿਹੜੇ ਪਰਵਲ ਲੈ ਲਵਾਂਗੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਵਾਂਗੇ ਧੋਣ ਤੋਂ ਬਾਅਦ ਅਸੀਂ ਇਹਨਾਂ ਨੂੰ ਉੱਪਰੋਂ ਦੀ ਪੀਲ ਕਰ ਲਵਾਂਗੇ ਇਹਨਾਂ ਦਾ ਅਸੀਂ ਇਸ ਤਰ੍ਹਾਂ ਛਿਲਕਾ ਉਤਾਰ ਲਵਾਂਗੇ ਅਸੀਂ ਛਿਲਕਾ ਜਿਹੜਾ ਪੂਰਾ ਨਹੀਂ ਉਤਾਰਾਂਗੇ ਵਿਚ ਵਿਚ ਹਲਕਾ ਹਲਕਾ ਰੈਂਦਵਾਂਗੇ ਵਿਚ ਵਿਚ ਅਸੀਂ ਉਤਾਰ ਲਵਾਂਗੇ ਇਸ ਤਰ੍ਹਾਂ ਛਿਲਕਾ ਉਤਾਰਨ ਤੋਂ ਬਾਅਦ ਜਿਹੜੇ ਪਰਵਲ ਹੈਗੇ ਅਸੀਂ ਇਹਨਾਂ ਨੂੰ ਕੱਟ ਲਵਾਂਗੇ ਲੰਬਾ-ਲੰਬਾ ਤੇ ਜਿਹੜੇ ਇਹਨਾਂ ਦੇ ਵਿੱਚ ਬੀਜ ਹੋਣਗੇ ਉਹ ਜੇ ਸਖਤ ਹੋਣਗੇ ਤੇ ਅਸੀਂ ਉਹਨਾਂ ਨੂੰ ਕੱਢ ਦਵਾਂਗੇ ਬਾਹਰ ਤੇ ਸਾਰੇ ਜਿਹੜੇ ਪਰਵਲ ਹੈਗੇ ਅਸੀਂ ਇਹਨਾਂ ਨੂੰ ਕੱਟ ਕੇ ਰੱਖ ਲਵਾਂਗੇ ਇਸ ਤਰ੍ਹਾਂ ਅਸੀਂ ਲੰਬੇ-ਲੰਬੇ ਜਿਹੜੇ ਪਰਵਲ ਆ ਇਹਨਾਂ ਨੂੰ ਅਸੀਂ ਕੱਟ ਕੇ ਰੱਖ ਲਿਆ ਹੈ ਤੇ ਹੁਣ ਅਸੀਂ ਇਹਨਾਂ ਦੀ ਬਣਾਵਾਂਗੇ ਸਬਜ਼ੀ ਦੋ ਕੜਸ਼ੀਏ ਦੇ ਕਰੀਬ ਅਸੀਂ ਤੇਲ ਪਾ ਦਿੱਤਾ ਹੈ ਤੇਲ ਪਾਣ ਤੋਂ ਬਾਅਦ ਅਸੀਂ ਪਰਵਲ ਜਿਹੜੇ ਹੈਗੇ ਇਹਦੇ ਵਿੱਚ ਪਾ ਦਵਾਂਗੇ ਪਹਿਲਾਂ ਅਸੀਂ ਪਰਵਲਾਂ ਨੂੰ ਹਲਕਾ ਜਿਹਾ ਤੇਲ ਦੇ ਵਿੱਚ ਸੇਕ ਲਗਾ ਲਵਾਂਗੇ ਹਲਕਾ ਜਿਹਾ કડਛੇ ਦੇ ਨਾਲ ਅਸੀਂ ਇਹਨਾਂ ਦੀ ਸਾਈਡ ਚੇਂਜ ਕਰ ਲਵਾਂਗੇ ਅਸੀਂ ਇਹਨਾਂ ਨੂੰ ਟੱਕਾਂਗੇ ਨਹੀਂ ਬਿਨਾ ਟੱਕਣ ਦੇ ਹੀ ਪਕਾਵਾਂਗੇ ਇਸ ਤਰ੍ਹਾਂ ਜਿਹੜੀ ਆਪਾਂ ਪਰਵਲ ਦੀ ਸਬਜ਼ੀ ਬਣਾਉਂਦੇ ਹਾਂ ਤੇ ਇਹ ਪਰਵਲ ਬਹੁਤ ਅਦਾ ਸਵਾਦ ਬਣ ਕੇ ਤਿਆਰ ਹੁੰਦੇ ਨੇ ਅੱਧਾ ਕ ਚਮਚ ਅਸੀਂ ਹਲਦੀ ਦਾ ਪਾ ਦਵਾਂਗੇ ਤੇ ਅੱਧਾ ਕ ਚਮਚ ਅਸੀਂ ਨਮਕ ਦਾ ਪਾ ਦਵਾਂਗੇ ਇਹਦੇ ਨਾਲ ਜਿਹੜੇ ਸਾਡੇ ਪਰਵਲ ਹੈਗੇ ਆ ਛੇਤੀ ਪੱਕ ਕੇ ਤਿਆਰ ਹੋ ਜਾਣਗੇ ਇਹ ਜਿਹੜੇ ਪਰਵਲ ਹੈ ਅਸੀਂ 10 ਮਿੰਟ ਤੱਕ ਹੀ ਪਕਾਵਾਂਗੇ 10 ਮਿੰਟ ਬਾਅਦ ਦੇਖੋ ਇਹ ਆਪਣੇ ਆਪ ਦੇਖੋ ਜਿਹੜੇ ਸੌਫਟ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਤੇਲ ਨਿਚੋੜ ਕੇ ਇੱਕ ਪਲੇਟ ਦੇ ਵਿੱਚ ਫਿਰ ਕੱਢ ਲਵਾਂਗੇ ਐਸੀ ਹੀ ਕੜਾਈ ਦੇ ਵਿੱਚ ਅਸੀਂ ਤੜਕਾ ਲਗਾਵਾਂਗੇ ਤੇਲ ਜਿਹੜਾ ਕੜਾਈ ਦੇ ਵਿੱਚ ਥੋੜਾ ਜਿਆਦਾ ਹੈ ਕਿਉਂਕਿ ਅਸੀਂ ਪਰਵਲ ਫਰਾਈ ਕੀਤੇ ਸੀ ਹਲਕੇ ਜਿਹੇ ਪਹਿਲਾਂ ਤੇ ਇਹਦੇ ਵਿੱਚ ਆਪਾਂ ਕੜਸ਼ੀਕ ਤੇਲ ਕੱਢ ਲਵਾਂਗੇ ਥੋੜਾ ਜਿਹਾ ਤੇਲ ਰਹਿਣ ਦਵਾਂਗੇ ਕਿਉਂਕਿ ਜਿਹੜੇ ਪਰਵਲ ਆ ਅਸੀਂ ਉਹ ਵੀ ਫਰਾਈ ਕੀਤੇ ਨੇ ਉਹਨਾਂ ਵਿੱਚ ਵੀ ਅਸੀਂ ਤੇਲ ਪਾਇਆ ਹੈ ਇਸ ਕਰਕੇ ਆਪਾਂ ਤੜਕਾ ਥੋੜੇ ਤੇਲ ਦੇ ਵਿੱਚ ਹੀ ਪਕਾਵਾਂਗੇ ਤੜਕੇ ਨੂੰ ਹੱfte ਪਹਿਲਾਂ ਅਸੀਂ ਇਹਦੇ ਵਿੱਚ ਪਾ ਦਵਾਂਗੇ ਤਿੰਨ ਜਿਹੜੀਆਂ ਸੁੱਕੀਆਂ ਲਾਲ ਮਿਰਚਾਂ ਲਵਾਂਗੇ ਉਹ ਪਾ ਦਵਾਂਗੇ ਮਿਰਚਾਂ ਪਾਣ ਤੋਂ ਬਾਅਦ ਅਸੀਂ ਇਹਦੇ ਵਿੱਚ ਛੋਟਾ ਕ ਚਮਚ ਜਿਹੜਾ ਥੋੜਾ ਜਿਹਾ ਜੀਰਾ ਪਾ ਦਵਾਂਗੇ ਇੱਕ ਛੋਟਾ ਚਮਚ ਦੇ ਗਰੀਵ ਜਿੰਨਾ ਜੀਰਾ ਹੁੰਦਾ ਹੈ ਇਹਨਾਂ ਨੂੰ ਅਸੀਂ ਹਲਕਾ ਜਿਹਾ ਭੁੰਨ ਲਵਾਂਗੇ ਹਲਕਾ ਜਿਹਾ ਭੁੰਨਣ ਤੋਂ ਬਾਅਦ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਲਸਣ ਇੱਕ ਚਮਚ ਤੋਂ ਥੋੜਾ ਜਿਹਾ ਕਟਾਸੀ ਕ੍ਰਸ਼ ਕੀਤਾ ਹੋਇਆ ਜਿਹੜਾ ਲਸਣ ਹੈ ਉਹ ਪਾ ਦਵਾਂਗੇ ਲਸਣ ਭੁੰਨਣ ਤੋਂ ਬਾਅਦ ਲਸਣ ਭੁੱਜ ਕੇ ਲਾਲ ਹੋ ਜਾਏਗਾ ਫਿਰ ਅਸੀਂ ਪਿਆਜ਼ ਪਾਵਾਂਗੇ ਪਿਆਜ਼ ਅਸੀਂ ਦੋ ਲਵਾਂਗੇ ਉਹਨਾਂ ਨੂੰ ਅਸੀਂ ਇਸ ਤਰ ਤੇ ਪਿਆਜ਼ਾਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਲਾਲ ਹੋਣ ਤੱਕ ਪਕਾ ਲਵਾਂਗੇ ਪਿਆਜ਼ ਜਦੋਂ ਥੋੜਾ ਜਿਹਾ ਸੌਫਟ ਹੋ ਜਾਏਗਾ ਫਿਰ ਅਸੀਂ ਅਦਰਕ ਪਾ ਦਵਾਂਗੇ ਅਦਰਕ ਵੀ ਅਸੀਂ ਇੱਕ ਚਮਚ ਦੇ ਕਰੀਬ ਕਰਸ਼ ਕੀਤਾ ਹੋਇਆ ਪਾਵਾਂਗੇ ਅਦਰਕ ਜਦੋਂ ਪੁੱਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਚਾਰ ਹਰੀਆਂ ਮਿਰਚਾਂ ਲਵਾਂਗੇ ਉਹਨੂੰ ਅਸੀਂ ਲੰਬਾ ਲੰਬਾ ਕੱਟ ਲਵਾਂਗੇ ਹਰੀ ਮਿਰਚਾਂ ਪਾਉਣ ਤੋਂ ਬਾਅਦ ਅਸੀਂ ਹਲਕਾ ਜਿਹਾ ਇਹਨਾਂ ਨੂੰ ਵੀ ਸੇਕ ਲਗਾ ਲਵਾਂਗੇ ਹੁਣ ਅਸੀਂ ਇਹਦੇ ਵਿੱਚ ਜਿਹੜੇ ਆਪਾਂ ਪਰਵਲ ਫਰਾਈ ਕਰਕੇ ਰੱਖੇ ਹੋਏ ਨੇ ਇਹਨਾਂ ਨੂੰ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਇਹਨਾਂ ਨੂੰ ਮਿਕਸ ਕਰ ਲਵਾਂਗੇ ਪਰਵਲ ਜਦੋਂ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਇੱਕ ਟਮਾਟਰ ਪਾਵਾਂਗੇ ਟਮਾਟਰ ਨੂੰ ਅਸੀਂ ਇਸ ਤਰ੍ਹਾਂ ਛੋਟਾ-ਛੋਟਾ ਕੱਟ ਲਵਾਂਗੇ ਤੇ ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਪਕਾ ਲਵਾਂਗੇ ਮਿਕਸ ਕਰਕੇ ਹੁਣ ਅਸੀਂ ਆਪਣੇ ਸਵਾਦ ਅਨੁਸਾਰ ਥੋੜਾ ਜਿਹਾ ਨਮਕ ਪਾ ਦਵਾਂਗੇ ਦੇ ਨਾਲ ਹੀ ਅਸੀਂ ਥੋੜੀ ਜੀ ਇਹਦੇ ਵਿੱਚ ਹਲਦੀ ਪਾ ਦਵਾਂਗੇ ਹਲਦੀ ਅਸੀਂ ਪਹਿਲਾਂ ਵੀ ਪਾਈ ਸੀ ਜਦੋਂ ਪਰਵਲ ਨੂੰ ਫਰਾਈ ਕੀਤਾ ਸੀ ਥੋੜੀ ਜੀ ਆਪਾਂ ਹੁਣ ਪਾ ਦਵਾਂਗੇ ਆਧਾ ਚਮਚ ਅਸੀਂ ਇਹਦੇ ਵਿੱਚ ਲਾਲ ਮਿਰਚ ਦਾ ਪਾਊਡਰ ਪਾ ਦਵਾਂਗੇ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਤੜਕੇ ਦੇ ਵਿੱਚ ਹੁਣ ਅਸੀਂ ਸਬਜੀ ਨੂੰ ਢੱਕ ਕੇ ਪਕਾਵਾਂਗੇ ਸਿਰਫ ਅਸੀਂ 5 ਮਿੰਟ ਤੱਕ ਪਕਾਵਾਂਗੇ 5 ਮਿੰਟ ਬਾਅਦ ਅਸੀਂ ਢੱਕਣ ਚੱਕ ਕੇ ਦੇਖ ਲਵਾਂਗੇ ਕਿ ਜਿਹੜੀ ਸਾਡੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਅਸੀਂ ਇਹਨੂੰ ਕੜਸ਼ੀ ਮਾਰ ਕੇ ਚੰਗੀ ਤਰ੍ਹਾਂ ਇਨ ਦੀ ਸਾਈਡ ਚੇਂਜ ਕਰ ਲਵਾਂਗੇ ਸਬਜੀ ਜਿਹੜੀ ਸਾਡੀ ਪੱਕ ਗਈ ਹੈ ਚੰਗੀ ਤਰ੍ਹਾਂ ਹੁਣ ਖਾਣ ਦੇ ਲਈ ਤਿਆਰ ਹੈ ਜੇਕਰ ਤੁਹਾਨੂੰ ਇਹ ਵਾਲੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਹੈ ਮਿਲਦੇ ਆਂ ਫਿਰ ਅਗਲੀ ਨਵੀਂ ਵੀਡੀਓ ਦੇ ਵਿੱਚ